ਸਰ 2022 ਦੇ ਇਲੈਕਸ਼ਨਾਂ ਤੋਂ ਪਹਿਲਾਂ ਜਿਹੜਾ ਤਾਰੁਕਲੀ ਚੱਲ ਰਿਹਾ ਸੀ ਕਾਂਗਰਸ ਦਾ ਕੈਪਟਨ ਨੂੰ ਲਾ ਕੇ ਹੁਣ ਚਰਨਜੀਤ ਚੰਨੀ ਨੂੰ ਜਿਹੜਾ ਪੰਜਾਬ ਦਾ ਸੀਐਮ ਬਣਾਇਆ ਗਿਆ ਨਾਲ ਦੋ ਡਿਪਟੀ ਸੀਐਮ ਵੀ ਲਗਾਏ ਗਏ ਨੇ ਕਿਵੇਂ ਦੇਖਦੇ ਹੋ ਕਿ ਇੱਕ ਦਲਿਤ ਸਿੱਖ ਚੈਰੀ ਨੂੰ ਜਿਹੜਾ ਸੀਐਮ ਬਣਾ ਦਿੱਤਾ ਗਿਆ ਦੇਖੋ ਪੰਜਾਬ ਦੇ ਜਿਹੜੇ ਜਨਰਲ ਇਲੈਕਸ਼ਨ ਨੂੰ ਸਿਰਫ 3 ਮਹੀਨੇ ਬਾਕੀ ਹੈ ਅਤੇ ਪੰਜਾਬ ਦੀ ਕਾਂਗਰਸ ਸਰਕਾਰ ਲੋਕਾਂ ਨਾਲ ਮੈਨੀਫੈਸਟੋ ਵਿੱਚ ਕੀਤਾ ਵਾਅਦਾ ਕੋਈ ਵੀ ਪੂਰਾ ਨਹੀਂ ਕਰ ਸਕੀ ਅਤੇ ਕਾਂਗਰਸ ਹਾਈਕਮਾਂਡ ਨੇ ਸੋਚਿਆ ਵੀ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਨੂੰ ਲਾਂਭੇ ਕਰਕੇ ਲੋਕਾਂ ਨੂੰ ਅਸੀਂ ਬੇਵਕੂਫ ਬਣਾ ਲਾਂਗੇ ਪਰ ਪੰਜਾਬ ਦੇ ਲੋਕ ਬੜੇ ਜਾਗਰਤ ਆ ਬੜੇ ਅਕਲਮੰਦ ਆ ਪਰ ਕੱਲ੍ਹ ਜੋ ਤਮਾਸ਼ਾ ਹੋਇਆ ਕਦੀ ਸੁਨੀਲ ਜਾਖੜ ਮੁੱਖ ਮੰਤਰੀ ਹੋਣਗੇ ਫਿਰ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ 'ਚ ਢੋਲ ਵੱਜ ਗਿਆ ਲੱਡੂ ਵੰਡੇ ਗਏ ਅਤੇ ਸਿੱਧੂ ਨਵਜੋਤ ਸਿੱਧੂ ਆਪ ਮੁੱਖ ਮੰਤਰੀ ਬਣਨਾ ਚਾਹੁੰਦੇ ਸੀ ਇਹ ਤਾਂ ਸਮਝ ਲਓ ਵੀ ਮਜਬੂਰੀ 'ਚ ਲਿਆ ਫੈਸਲਾ ਆ ਵੀ ਚੌਥਾ ਨੰਬਰ ਜਾ ਕੇ ਚਰਨਜੀਤ ਸਿੰਘ ਚੰਨੀ ਦਾ ਆਇਆ ਚਲੋ ਮੈਂ ਉਹਨਾਂ ਨੂੰ ਵਧਾਈ ਦਿੰਦਾ ਪਰ 3.5 ਮਹੀਨਿਆਂ 'ਚ ਕੀ ਕਰ ਸਕਣਗੇ ਬਜਟ ਕੋਈ ਨਹੀਂ ਸਰਕਾਰ ਲੰਘ ਚੁੱਕੀ ਆ ਲੋਕਾਂ 'ਚ ਬਦਨਾਮੀ ਹੋ ਚੁੱਕੀ ਹੈ ਥੱਲੇ ਜਿਹੜੀ ਸਿਆਸੀ ਜ਼ਮੀਨ ਆ ਉਹ ਖਿਸਕ ਗਈ ਆ ਕਾਂਗਰਸ ਥੱਲਿਓਂ ਖਾਸ ਕਰਕੇ ਜਦੋਂ ਤੋਂ BSP ਅਤੇ ਅਕਾਲੀ ਦਲ ਦਾ ਚੋਣ ਸਮਝੌਤਾ ਹੋ ਗਿਆ ਉਸ ਤੋਂ ਬਾਅਦ ਕਾਂਗਰਸ ਦੇ ਲੀਡਰਾਂ 'ਚ ਅਤੇ MLA 'ਚ ਬਹੁਤ ਵੱਡੀ ਘਬਰਾਹਟ ਆ ਇਹ ਉਸੇ ਸਮਝੌਤੇ ਦੀ ਘਬਰਾਹਟ 'ਚੋਂ ਕੱਢਿਆ ਫੈਸਲਾ ਹੈ ਸਰ ਜਿਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਕੁਰਸੀ ਤੋਂ ਲਾਇਆ ਗਿਆ ਅਤੇ ਹੁਣ ਚਰਨਜੀਤ ਚੰਨੀ ਨੂੰ ਬਣਾਇਆ ਗਿਆ ਅਤੇ ਕਿਤੇ ਨਾ ਕਿਤੇ ਜਿਹੜਾ ਕਾਂਗਰਸ ਨੂੰ ਇਸਦਾ ਨੁਕਸਾਨ ਹੋਵੇਗਾ ਕੈਪਟਨ ਨੂੰ ਕਾਂਗਰਸ ਦਾ ਨੁਕਸਾਨ ਹੋ ਚੁੱਕਾ ਹੁਣ ਕਾਂਗਰਸ ਲੋਕਾਂ ਦੇ ਦਿਲਾਂ ਵਿੱਚੋਂ ਨਿਕਲ ਚੁੱਕੀ ਹੈ ਕਿਉਂਕਿ ਕੰਮ ਪੰਜਾਬ ਦਾ ਕੋਈ ਨਹੀਂ ਹੋਇਆ ਪਿਛਲੇ 6 ਮਹੀਨੇ ਤੋਂ ਇਹਨਾਂ ਲੜੀ ਜਾਂਦੇ ਆਪਸ 'ਚ ਸਾਰਾ ਡਿਵੈਲਪਮੈਂਟ ਦਾ ਵਿਕਾਸ ਦਾ ਕੰਮ ਠੱਪ ਪਿਆ ਸਾਰੇ ਹੀ ਸੈਕਸ਼ਨ ਚਾਹੇ ਉਹ ਟੀਚਰ ਹੋਣ ਚਾਹੇ ਮੁਲਾਜ਼ਮ ਹੋਣ ਚਾਹੇ ਨੌਜਵਾਨ ਹੋਣ ਉਹ ਸਾਰੇ ਤਾਂ ਸੜਕਾਂ 'ਤੇ ਆ ਵਿਚਾਰੇ ਚਾਹੇ ਪੈਨਸ਼ਨਰ ਹੋਣ ਉਹ ਸਾਰੇ ਤਾਂ ਧਰਨਾ ਦੇ ਰਹੇ ਆ ਡੰਡੇ ਖਾ ਰਹੇ ਆ ਸੋ ਇਸ ਕਰਕੇ ਲੋਕਾਂ ਦੇ ਦਿਲਾਂ ਵਿੱਚੋਂ ਨਿਕਲ ਚੁੱਕੀ ਆ ਕਾਂਗਰਸ ਹੁਣ ਤਾਂ ਇਹ ਹੱਥ ਪੈਰ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਹੁਣ ਇਹਦਾ ਕੋਈ ਫਾਇਦਾ ਨਹੀਂ ਹੋਣਾ 3.5 ਮਹੀਨਿਆਂ 'ਚ ਕੀ ਹੋਏਗਾ ਔਰ ਉਹ ਵੀ ਨਾਲ ਐਲਾਨ ਕਰ ਦਿੱਤਾ ਹਰੀਸ਼ ਰਾਵਤ ਜੀ ਨੇ ਕਿ 22 ਦਾ CM ਦਾ ਕੈਂਡੀਡੇਟ ਚਿਹਰਾ ਜਿਹੜਾ ਕੋਈ ਹੋਰ ਹੋਏਗਾ ਸੋ ਇਹ ਵੀ ਮੈਂ ਸਮਝਦਾ ਕਿ ਜਿੱਦਾਂ ਨਾ ਕੰਡਿਆਂ ਤੋਂ 3.5 ਮਹੀਨੇ ਕੰਡਿਆਂ ਤੋਂ ਘੜੀਸਣਾ ਜਦੋਂ ਕੰਡਿਆਂ ਤੋਂ ਘੜੀਸਣਾ ਜਦੋਂ ਰਿਜ਼ਲਟ ਆਊਗਾ ਵੀ ਕਾਂਗਰਸ ਬੁਰੀ ਤਰ੍ਹਾਂ ਹਾਰ ਗਈ ਬਾਅਦ ਵਿੱਚ ਹਾਰ ਦਾ ਠੀਕਰਾ ਚਰਨਜੀਤ ਸਿੰਘ ਚੰਨੀ ਦੇ ਜਿਹੜਾ ਉਹ ਫੋੜ ਦੇਣਗੇ ਇਹ ਤਾਂ ਹਮੇਸ਼ਾ ਹੀ ਕਾਂਗਰਸ ਦਾ ਤਾਂ ਸ਼ੁਰੂ ਤੋਂ ਦੇਖੋ ਸ਼ੁਰੂ ਤੋਂ ਕਰਦੀ ਆਈ ਆ ਗਰੀਬਾਂ ਨਾਲ ਦਲਿਤਾਂ ਨਾਲ ਇਹ ਤਾਂ ਮਜ਼ਾਕ ਹੀ ਹੈ ਕਿਸਮ ਦਾ ਤੁਸੀਂ ਜੇ ਸੀਰੀਅਸ ਹੋਵੋ ਸਿੰਸੀਅਰ ਹੋਵੋ ਤਾਂ ਤੁਸੀਂ 2 ਸਾਲ ਪਹਿਲਾਂ ਫੈਸਲਾ ਕਰੋ ਇਹ ਜਦੋਂ ਪਾਰਲੀਮੈਂਟ ਇਲੈਕਸ਼ਨਾਂ ਤੋਂ ਬਾਅਦ ਤੁਸੀਂ ਬਣਾਓ ਮੁੱਖ ਮੰਤਰੀ ਦਲਿਤ ਤਾਂ ਕਿ ਉਹ ਕੋਈ ਕੰਮ ਕਰ ਸਕੇ ਜਿਸ ਤਰ੍ਹਾਂ ਅਕਾਲੀ ਦਲ ਗਠਬੰਧਨ ਜਿਹੜੀ ਬਸਪਾ ਨੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਸੁਪਰੀਮੋ ਉਹਨਾਂ ਨੇ ਕਿਹਾ ਸੀਗਾ ਕਿ ਜਿਹੜਾ ਅਗਰ ਸਾਡੀ ਸਰਕਾਰ ਆਉਂਦੀ ਹੈ ਤੇ ਦਲਿਤ ਜਿਹੜਾ ਚਿਹਰਾ ਡਿਪਟੀ ਸੀਐਮ ਹੋਏਗਾ ਲੇਕਿਨ ਕਾਂਗਰਸ ਵੱਲੋਂ ਸੀਐਮ ਚਿਹਰਾ ਲਿਆ ਦਿੱਤਾ ਗਿਆ ਤੇ ਕਿਤੇ ਨਾ ਕਿਤੇ ਜਿਹੜਾ 2022 ਦੇ ਇਲੈਕਸ਼ਨ ਦੇ ਕੋਈ ਫੈਕਟਰ ਨਜ਼ਰ ਆ ਰਿਹਾ ਹੈ ਦੇਖੋ ਸ਼੍ਰੋਮਣੀ ਅਕਾਲੀ ਦਲ ਮੁੱਢੋਂ ਹੀ ਜਿਹੜੀ ਵੀ ਗੱਲ ਕਹਿੰਦਾ ਆਇਆ ਨਾ ਉਹ ਤੇ ਖਰਾ ਉਤਰਦਾ ਆਇਆ ਇਹ ਰਿਕਾਰਡ ਆ ਉਹਦਾ ਇਹ ਭਰੋਸੇਯੋਗਤਾ ਆ ਪੰਜਾਬੀਆਂ 'ਚ ਅਤੇ ਜਦੋਂ ਇਹ ਗੱਲ ਕਹੀ ਸੀ ਬਾਦਲ ਸਾਹਿਬ ਨੇ ਵੀ ਅਸੀਂ ਉਪ ਮੁੱਖ ਮੰਤਰੀ ਪੰਜਾਬ 'ਚ ਬਣਾਵਾਂਗੇ ਇਹ ਘਬਰਾਹਟ ਤਾਂ ਅਸਲ 'ਚ ਉਦੋਂ ਹੀ ਪਾਰਟੀਆਂ 'ਚ ਸ਼ੁਰੂ ਹੋ ਗਈ ਸੀ ਅਤੇ ਅਸੀਂ ਤਾਂ ਬਣਾਉਣਾ ਜਦੋਂ ਸਰਕਾਰ ਆਉਣੀ 5 ਸਾਲ ਲਈ ਅਕਾਲੀ ਦਲ ਤਾਂ ਉਪ ਮੁੱਖ ਮੰਤਰੀ ਬਣਾਊ 5 ਸਾਲ ਲਈ ਸਟਰੋਂਗ ਅਤੇ ਇਹ ਬਣੇ 3 ਮਹੀਨੇ ਲਈ ਕੋਈ ਹੈ ਮੁਕਾਬਲਾ ਕੋਈ ਹੈ ਗੱਲ ਕਰਨ ਵਾਲੀ ਮੈਂ ਤਾਂ ਚੰਨੀ ਸਾਹਿਬ ਨੂੰ ਹੁਣੇ ਹੀ ਬੇਨਤੀ ਕਰਦਾ ਚੰਨੀ ਸਾਹਿਬ ਤੁਰੰਤ ਸਾਧੂ ਸਿੰਘ ਧਰਮਸੋਤ ਜਿਨ੍ਹਾਂ ਨੇ 64 ਕਰੋੜ ਰੁਪਈਆ ਵਿਦਿਆਰਥੀਆਂ ਗਰੀਬ ਬੱਚਿਆਂ ਦੇ ਵਜ਼ੀਫੇ ਦਾ ਛਕ ਲਿਆ ਘਪਲਾ ਕਰ ਲਿਆ ਤੁਰੰਤ ਪਰਚਾ ਕਰਕੇ ਉਹਨਾਂ ਨੂੰ ਅੰਦਰ ਕਰਨ ਅੱਜ
फिर फायदा नहीं तो तुहानू करन तां कुछ नहीं देना उन्होंने तुहाडे आले दुआले जिहड़े टीम लाती ना उन्होंने तुहानू सज्जे खब्बे हिलण नहीं देना। इस करके करो साधु सिंह धर्म सोत अंदर होवे उहदे हड्डां चों कढो पैसा जिहड़ा विद्यार्थियों का बच्चों का खाधा कैप्टन का नहीं है कलेश सारी कांग्रेस ही पांच छे धड़ियां च वंडी हुई है। इस करके इन्हां दा हुण कोई बाली वारस नहीं ते हुण तां लीडरलैस है। जदों लीडरलैस हुंदा है ना कोई जथेबंदी उदों इहो जिहे फैसले हुंदे हुंदे वी सवेरे होर मुख्यमंत्री कल होर दुपहरे होर ਇਹ ਲੀਡਰ ਦਾ ਨਾ ਹੋਣਾ ਸਟਰੋਂਗ ਲੀਡਰਸ਼ਿਪ ਦਾ ਨਾ ਹੋਣਾ ਇਹ ਸਾਬਤ ਕਰਦਾ। ਦੇਖੋ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਤਾਂ ਕਿਸਾਨਾਂ ਦੇ ਨਾਲ ਆ, ਅਸੀਂ ਤਾਂ ਕਿਸਾਨਾਂ ਕਰਕੇ ਭਾਰਤੀ ਜਨਤਾ ਪਾਰਟੀ ਦਾ ਲੰਬਾ ਪੁਰਾਣਾ ਸਾਥ ਵੀ ਛੱਡਿਆ। ਅਸੀਂ ਤਾਂ ਜਦੋਂ ਕਾਨੂੰਨ ਬਣਨ ਲੱਗੇ 17 ਸਤੰਬਰ ਨੂੰ ਉਦੋਂ ਅਸੀਂ ਕਾਨੂੰਨਾਂ ਦੇ ਵਿਰੁੱਧ 'ਚ ਵੋਟਾਂ ਵੀ ਪਾਈਆਂ ਲੋਕ ਸਭਾ 'ਚ ਅਤੇ ਅਸੀਂ ਅੱਜ ਤੱਕ ਵੀ ਉਹਨਾਂ ਦੇ ਨਾਲ ਹਾਂ। ਅਸੀਂ ਤਾਂ 17 ਸਤੰਬਰ ਪਿਛਲੇ ਦਿਨਾਂ 'ਚ ਅਸੀਂ ਦਿੱਲੀ ਇੱਕ ਮਾਰਚ ਵੀ ਕਰਕੇ ਆਏ ਹਾਂ, ਪੀਸਫੁੱਲ ਮਾਰਚ ਕਰਕੇ ਆਏ ਹਾਂ ਕਿਸਾਨਾਂ ਦੇ ਹੱਕ 'ਚ। ਸ਼੍ਰੋਮਣੀ ਅਕਾਲੀ ਦਲ ਤਾਂ ਕਿਸਾਨਾਂ ਦੀ ਪਾਰਟੀ ਆ। ਸਰ ਗੱਲ ਕੀਤੀ ਜਿਹੜੇ ਰਿਕੁਐਸਟ ਕੈਂਪ ਨੇ ਇੱਕ ਬਿਆਨ ਦਿੱਤਾ ਸੀਗਾ 2 ਅਕਤੂਬਰ ਦੀ ਗੱਲ ਦਾ ਅਲਟੀਮੇਟਮ ਦਿੱਤਾ ਹੀ ਮੋਦੀ ਨੇ, 2 ਅਕਤੂਬਰ ਤੋਂ ਬਾਅਦ ਸੰਘਰਸ਼ ਤਿੱਖਾ ਹੋਏਗਾ ਕਾਨੂੰਨ ਰੱਦ ਹੋਣਗੇ? ਦੇਖੋ ਸੰਘਰਸ਼ ਤਾਂ ਤਿੱਖਾ ਹੋਏਗਾ ਹੀ ਕਿਉਂਕਿ ਲੋਕਾਂ ਦੇ ਅੰਦਰ ਚਾਹੇ ਉਹ ਪੰਜਾਬ ਹੈ ਚਾਹੇ ਯੂਪੀ ਹੈ ਚਾਹੇ ਹਰਿਆਣਾ ਆ ਹੁਣ ਦੂਜੀਆਂ ਸਟੇਟਾਂ 'ਚ ਵੀ ਇਹ ਸੰਘਰਸ਼ ਜਾਣ ਲੱਗ ਗਿਆ, ਭਾਰਤੀ ਜਨਤਾ ਪਾਰਟੀ ਨੂੰ ਇਹਦਾ ਖਮਿਆਜ਼ਾ ਭੁਗਤਣਾ ਪਊਗਾ। ਇੱਕ ਗੱਲ ਕੀਤੀ ਇਹਨੇ ਜਿਹੜੀ ਵੋਟ ਬੈਂਕ ਦੀ ਅਤੇ 59% ਸਿੱਖ ਜੱਟ ਵੋਟ ਹੈ, 35% ਹਿੰਦੂ ਵੋਟ ਹੈ, 31% ਜਿਹੜੀ ਦਲਿਤ ਵੋਟ ਹੈ ਅਤੇ ਦਲਿਤ ਵੋਟ 'ਤੇ ਹੀ ਜਿਹੜਾ ਕਾਰਡ ਖੇਡਿਆ ਜਾ ਰਿਹਾ ਹੈ ਅਤੇ ਕੀ ਲੱਗਦਾ ਕਿਉਂਕਿ ਜਿਹੜਾ ਕਿਸਾਨਾਂ ਦੇ ਇਸ ਵਕਤ ਵੋਟ ਬੈਂਕ ਜਿਹੜਾ ਚੱਲ ਰਿਹਾ ਮੇਨ ਮੁੱਦਾ ਤਾਂ ਕਿਸਾਨਾਂ ਦਾ ਹੈ ਕਿਉਂਕਿ ਖੇਤੀ ਕਾਨੂੰਨ ਨੂੰ ਲੈ ਕੇ ਅਤੇ ਜਦੋਂ ਕਾਂਗਰਸ ਪਾਰਟੀ ਹੋਵੇ ਅਕਾਲੀ ਦਲ ਹੋਵੇ ਜਾਂ ਆਮ ਆਦਮੀ ਹੋਵੇ ਜਦੋਂ ਉਹ ਦਿੱਲੀ ਜਾਂਦੇ ਨੇ ਅਤੇ ਕਿਸਾਨ ਉਹਨਾਂ ਦਾ ਘਿਰਾਵ ਕਰਦੇ ਨੇ, ਉਹਨਾਂ ਦੀ ਗੱਡੀਆਂ ਤੱਕ ਹੁਣ ਚੈੱਕ ਕਰਨ ਲੱਗ ਗਏ ਨੇ, ਇੱਥੇ ਕੀ ਕਹਿਣਾ ਤੁਹਾਡਾ? ਸੁਖਬੀਰ ਸਿੰਘ ਬਾਦਲ ਨੂੰ ਉਤਾਰ ਕੇ ਵੀ ਉਹਨਾਂ ਦੀ ਗੱਡੀ ਦੇਖੀ ਗਈ? ਨਹੀਂ ਤੁਹਾਡੀ ਗਲਤ ਇਨਫੋਰਮੇਸ਼ਨ ਹੈ ਸਰ, ਅਸੀਂ ਤਾਂ ਆਪ ਦਿੱਲੀ ਜਾ ਕੇ ਆਏ ਹਾਂ ਸਰ। ਕੱਲ੍ਹ ਇੱਕ ਰੈਲੀ ਹੋਈ ਹੈ ਜਿਹਦੇ ਵਿੱਚ ਚਡੂਨੀ ਸਾਹਿਬ ਨੇ ਇਹ ਗੱਲ ਕਹੀ ਹੈ। ਹੁਣ ਜੋ ਚਡੂਨੀ ਕਹਿੰਦਾ ਆ ਉਹਨੂੰ ਅਸੀਂ ਆਖਰੀ ਫਰਮਾਨ ਤਾਂ ਮੰਨ ਨਹੀਂ ਸਕਦੇ, ਅਤੇ ਜਿਹੜੇ ਸਾਡੇ ਵਿਰੋਧੀ ਆ ਜਿਹੜੇ ਸਾਡੇ ਘਰਾਓ ਕਰਦੇ ਆ ਤਾਂ ਉਹਨਾਂ ਨੂੰ ਤਕਲੀਫ ਆ ਕਿਉਂਕਿ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜ ਰਹੇ ਆ, ਲੋਕ ਹੀ ਆ ਨਾ ਉਹ ਦੂਜੀਆਂ ਪਾਰਟੀਆਂ ਦੇ ਆ, ਕੁਝ ਆਮ ਪਾਰਟੀ ਦੇ ਆ ਕੁਝ ਆਮ ਪਾਰਟੀ ਦੇ ਆ ਕੁਝ ਕਾਂਗਰਸ ਦੇ ਆ, ਉਹਨਾਂ ਨੂੰ ਤਕਲੀਫ ਹੋ ਰਹੀ ਆ ਬਈ ਲੋਕ ਜਿਹੜੇ ਆ ਅਕਾਲੀ ਦਲ ਨਾਲ ਜੁੜ ਰਹੇ ਆ। ਇਸ ਕਰਕੇ ਕੋਈ ਨਹੀਂ, ਇਹ ਰਾਜਨੀਤਿਕ ਸੱਤਾ ਦੀ ਲੜਾਈ ਹੁੰਦੀ ਹੈ ਇਹਦੇ ਵਿੱਚ। ਦੇਖੋ ਅੱਜ ਤੱਕ ਅਕਾਲੀ ਦਲ ਦਾ ਰਿਕਾਰਡ ਆ ਜੋ ਕਿਹਾ ਉਹ ਕੀਤਾ ਅਤੇ ਜੋ ਕਹਾਂਗੇ ਉਹ ਕਰਾਂਗੇ। ਅਸੀਂ ਜੇ ਕਿਹਾ ਸੀ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਵਾਂਗੇ, ਦਿੱਤੀ। ਜੇ ਅਸੀਂ ਕਿਹਾ ਰੁਪਈਏ ਕਿਲੋ ਕਣਕ ਗਰੀਬਾਂ ਨੂੰ ਦੇਵਾਂਗੇ ਤਾਂ ਦਿੱਤਾ। ਜੇ ਅਸੀਂ ਕਿਹਾ 200 ਯੂਨਿਟ ਗਰੀਬਾਂ ਨੂੰ ਮਹੀਨੇ ਦਾ ਬਿਜਲੀ ਦਾ ਮਾਫ਼ ਦੇਵਾਂਗੇ ਤਾਂ ਦਿੱਤਾ। ਪੈਨਸ਼ਨ ਕਿਹਾ ਤਾਂ ਦਿੱਤੀ, ਸ਼ਗਨ ਸਿੰਘ ਸਕੀਮ ਕਹੀ ਤਾਂ ਦਿੱਤੀ, ਸਕਾਲਰਸ਼ਿਪ ਦਿੱਤੀ, ਸਾਈਕਲ ਦਿੱਤੇ, ਲਿੰਕ ਰੋਡਾਂ ਬਣਾਈਆਂ, ਮੰਡੀਆਂ ਬਣਾਈਆਂ, ਫੋਕਲ ਪੁਆਇੰਟ ਬਣਾਏ, ਟੈਂਕੀਆਂ ਪਿੰਡਾਂ 'ਚ ਲਾਈਆਂ, ਪਿੰਡਾਂ 'ਚ ਬਲੋਕ ਦੀਆਂ ਸੜਕਾਂ ਬਣਾਈਆਂ, ਜਿੰਮ ਦਿੱਤੇ, ਖੇਡਾਂ ਦਾ ਸਮਾਨ ਦਿੱਤਾ, ਸਕੂਲ ਨਵੇਂ ਬਣਾਏ, ਕਾਲਜ ਨਵੇਂ ਬਣਾਏ, ਅਣਗਿਣਤ ਕੰਮ ਕੀਤੇ ਆ। ਅਤੇ ਹੁਣ ਜਿਹੜਾ ਅਸੀਂ ਕਹਾਂਗੇ 13 ਨੁਕਾਤੀ ਪ੍ਰੋਗਰਾਮ ਸਾਡਾ ਆ ਗਿਆ, ਇੱਕ 13 ਨੁਕਾਤੀ ਪ੍ਰੋਗਰਾਮ 'ਚ ਜਿਹੜੇ ਲੋਕਾਂ ਦੇ ਨੀਲੇ ਕਾਰਡ ਬਣੇ ਆ, ਨੀਲੇ ਕਾਰਡ ਵੀ ਅਸੀਂ ਬਣਾਏ ਅਕਾਲੀ ਦਲ ਨੇ, ਜਿਹੜੇ ਲੋਕਾਂ ਦੇ ਨੀਲੇ ਕਾਰਡ ਬਣੇ ਆ ਉਸ ਪਰਿਵਾਰ ਦੀ ਮੁਖੀ ਬੀਬੀ ਨੂੰ ਮਾਤਾ ਖੀਵੀ ਜੀ ਰਸੋਈ ਸੇਵਾ ਸਕੀਮ ਦੇ ਤਹਿਤ 2000 ਰੁਪਇਆ ਮਹੀਨਾ ਦਿੱਤਾ ਜਾਏਗਾ, 400 ਯੂਨਿਟ ਬਿਜਲੀ ਦਾ ਮੁਫ਼ਤ ਦਿੱਤਾ ਜਾਏਗਾ, ਯਾਨੀ ਸਰਕਾਰ ਆਉਣ 'ਤੇ 800 ਯੂਨਿਟ 2 ਮਹੀਨਿਆਂ ਦਾ ਮੁਫ਼ਤ ਦਿੱਤਾ ਜਾਊਗਾ, ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ ਬਣਨਗੇ, ਔਰ 33% ਰਾਖਵਾਂਕਰਨ ਹੋਏਗਾ ਉਹਨਾਂ ਬੱਚਿਆਂ ਲਈ ਜਿਹੜੇ ਸਰਕਾਰੀ ਸਕੂਲਾਂ 'ਚੋਂ ਪੜ੍ਹੇ ਹੋਣਗੇ, ਚਾਹੇ ਮੈਡੀਕਲ 'ਚ ਉਹਨਾਂ ਨੇ ਐਡਮਿਸ਼ਨ ਲੈਣੀ ਹੋਵੇ ਚਾਹੇ ਨਰਸਿੰਗ ਲੈਣੀ ਹੋਵੇ। 1 ਲੱਖ ਸਰਕਾਰੀ ਨੌਕਰੀ ਦੇਣੀ ਆ, 50% ਕੁੜੀਆਂ ਨੂੰ ਦੇਣੀ ਆ, 10 ਲੱਖ ਦਾ ਹੈਲਥ ਬੀਮਾ ਕਰਨਾ ਆ, ਤੁਸੀਂ ਕੋਈ ਵੀ ਇਲਾਜ ਟੈਸਟ ਦਵਾਈਆਂ ਲੈ ਸਕਦੇ ਕਿਤੇ ਵੀ,
दस लख रुपया, एक मिनट, 10 लख रुपया असी एजुकेशन कार्ड बना के देना है ताकि कोई भी गरीब बच्चा किसी भी भाईचारे का हो वो कित भी पढ़ना चाहे, आइलट्स करना चाहे, कोई होर डिप्लोमा डिग्री करना चाहे, तो वह 10 लख रुपये का करा कार्ड वरत सकता है। यूपी च भाजपा कभी वापसी नहीं कर सकती, यूपी का हाल माड़ा, उत्थे हस्पतालां दी हालत बारे तुसी देख लिया, करोना च उत्थे तुसी वेख लिया, उत्थे किदां चोरियां डकैतियां फरौतियां चल रही हैं देख लिया, उत्थे किदां आम लोगों नाल गरीबां नाल डिस्क्रिमीनेशन हुंदा वो तुसी वेख लिया। तो इस करके यूपी च तां बीजेपी का कोई चांस नहीं। गुंडागर्दी है ये, अज तक दसो किसान कितने दूए तरीके ना गए हथियार लैके, कितने गए आ, कितने हथियार लैके गए? नहीं, मैं ये दसो, मैं योगी नूं पुछना चाहुंदा भी दसो किसान कितने हथियार लैके गए, भी तू दूजे तरीके ना देखना। सो ये धमकाउण वाली गल आ, ये धमकाउण वाली गल आ आदित्यनाथ वालों। आखिरी सवाल, इलैक्शनां च हुण कितें ना कितें किसानां वालों भी मूड बनाया जा रहा है इलैक्शन लड़न दा, और कई जिहड़े संयुक्त किसान मोर्चे दे चार इक इदां दे आगू ने जिन्हां दा नाम भी आ रहा है कि सियासत लंबी करन तों अंदोलन भी लंबा करदे पए ने, उत्थे की देखदे? ये तो उही जवाब दे सकदे आ भी क्यों सियासत लंबी कर रहे, क्यों अंदोलन किसान लड़दे ने इलैक्शन ते लड़न, कोई भी लड़, तुसीं भी लड़ सकदे हो, इलैक्शन तां जिहड़ी उमर पूरी हो गई आ, वोट बन गई, वह भी लड़ सकते। चुड़ूनी साहब ने पहला भी चोणा लड़िया वैसे हरियाणे, सो इस करके इलेक्शन लड़ सकते, ऐसी कोई गल नहीं, कोई भी लड़ सकता। अलीशा बेगम एक औरत का दुख एक औरत ही समझ सकती है, रूहानी ते काली शक्तियां दी मालकन, दुनिया दा सब तो चमत्कारी इल्म मेरे कोल है, मेरे कीते नू कोई कट नहीं सकदा, काला इल्म करना आते तोड़ना हर एक दे बस दी गल नहीं, परेशानी जिवें लव मैरिज, पति पत्नी च झगड़ा, सौतन दुश्मन तो छुटकारा, तलाक केस, बुरे सपने, विदेश यात्रा, बुरी संगत जां नशा छुड़ाना, बीमारी च दवा ना लगना, वशीकरण एक सच्चाई है, वशीकरण करवाओ, मन चाह प्यार पाओ, की तुहाडी किस्मत च लॉटरी दा योग है जां नहीं, सच्चाई जानो, लॉटरी नंबर पाओ, भावें 649 होवे जां लोटोमैक्स, 11 घंटे च करवाओ हर परेशानी दा हल घर बैठे, अष्टाम पेपर ते लिख के लवो कम दी गारंटी, जा कहने तो बाहर है तुरंत संपर्क करो, तुहाडी हर गल गुप्त रखी जावेगी। अलीशा बेगम। वर्ल्ड फेमस बाबा सलीम खान 21 बार गोल्ड मेडलिस्ट, सारियां थावां तो निराश ते मायूस होने वाले एक बार फोन जरूर करो, जिवें चाहोगे ओवें होएगा, इट्स माय प्रॉमिस, इमीडिएटली रिजल्ट, ओपन चैलेंज, इल्मा दे माहिर, ए टू जेड समस्यावां दा फोन ते घर बैठे करवाओ हल, वशीकरण ते मुठकरनी, लव मैरिज, सौतन ते दुश्मन तो छुटकारा, पक्का काम पक्का हल, 101% गारंटी, अष्टाम पेपर समेत, सब तो पहला काम करन दा वादा, नौकरी प्रमोशन, कारोबार च परेशानी, घर च झगड़ा, कोर्ट केस, तलाक, प्रॉपर्टी झगड़ा, पति पत्नी चनबन, जा दुटोना, मनमोहनी वशीकरण करवाओ, जा तुड़वाओ, रुसे नू मनाओ, हुणे कॉल करो बाबा सलीम खान 98199 37467।